ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਘਰ ਪਹਿਲਾ। ਇਸੇ ਤਰ੍ਹਾਂ ਉਚਾਰਨ ਕਰਨਾ ਹੈ, ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ। ਇਹ ਯਾਨੀ ਪਹਿਲਾਂ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹੈ, ਫਿਰ ਅੰਕਾਂ ਵਿੱਚ ਲਿਖਿਆ ਹੋਇਆ ਹੈ। ਸੰਪਰਦਾ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਵੀ ਜਿੱਥੇ ਅੱਖਰਾਂ ਦੇ ਵਿੱਚ ਪਹਿਲਾਂ ਲਿਖਿਆ ਹੋਇਆ ਹੈ ਤੇ ਅੰਕਾਂ ਦੇ ਵਿੱਚ ਬਾਅਦ ਵਿੱਚ ਲਿਖਿਆ ਹੋਇਆ ਹੈ, ਉੱਥੇ ਇੱਕ ਵਾਰੀ ਉਚਾਰਨ ਕਰਨਾ ਹੈ। ਜਿੱਥੇ ਅੰਕਾਂ ਦੇ ਵਿੱਚ ਪਹਿਲਾਂ ਲਿਖਿਆ ਹੋਵੇ ਤੇ ਅੱਖਰਾਂ ਦੇ ਵਿੱਚ ਬਾਅਦ ਵਿੱਚ ਲਿਖਿਆ ਹੋਵੇ, ਉੱਥੇ 2 ਵਾਰੀ ਉਚਾਰਨ ਕਰਨਾ ਹੈ। ਨਾਲੇ ਮਹਾਰਾਜ ਨੇ ਇੱਥੇ ਉਚਾਰਨ ਦੱਸ ਦਿੱਤਾ ਵੀ ਪਹਿਲਾ ਉਚਾਰਨ ਕਰਨਾ ਹੈ ਪੱਪਾ ਹਾਹੇ ਦੀ ਸਿਹਾਰੀ ਨਾਲ। ਕਈ ਪਹਿਲਾ ਬੋਲ ਜਾਂਦੇ ਨੇ, ਪਹਿਲਾ ਉਚਾਰਨ ਕਰਨਾ ਹੈ। ਮੋਤੀ ਤਾ ਮੰਦਰ ਉਸਰਹਿ, ਰਤਨੀ ਤਾ ਹੋ ਹਿਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੈ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚੇਤਨਾ ਆਵੈ ਨਾਓ, ਹਰ ਬਿਨ ਜੀਉ ਜਲ ਬਲ ਜਾਓ। ਹਰ ਬਿਨ, ਇੱਥੇ ਵਿਸਰਾਮ ਲਾਉਣਾ ਹੈ, ਹਰ ਬਿਨ ਜੀਉ ਜਲ ਬਲ ਜਾਓ। ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਓ। ਮੈਂ ਪਦ ਤੇ ਯਮਕ ਲਾ ਦੇਣੀ ਹੈ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਓ। ਰਹਾਓ ਧਰਤੀ ਤਾ ਹੀਰੇ ਲਾਲ ਜੜਤੀ, ਪਲਗ ਲਾਲ ਜੜਾਓ। ਇਹ ਪਲਗ ਗੱਗੇ ਨਾਲ ਨਹੀਂ ਬੋਲਣਾ, ਘੱਗਾ ਉਚਾਰਨ ਕਰਨਾ ਹੈ, ਪਲੰਘ ਵੀ ਨਹੀਂ ਕਹਿਣਾ ਹੈ, ਪਲਗ ਇਸ ਤਰ੍ਹਾਂ ਘੱਗਾ ਬੋਲਣਾ ਹੈ। ਧਰਤੀ ਪਦ ਤੇ ਯਮਕ ਲਾ ਦੇਣੀ ਹੈ, ਧਰਤੀ ਤਾਂ ਹੀਰੇ ਲਾਲ ਜੜਤੀ। ਹੀਰੇ ਪਦ ਪੋਲਾ ਹੀ ਬੋਲਣਾ, ਹੀਰੇ ਨਹੀਂ ਕਹਿ ਦੇਣਾ, ਪਲਗ ਲਾਲ ਜੜਾਓ। ਮੋਹਣੀ ਮੁਖ ਮਣੀ ਸੋਹੈ, ਕਰੇ ਰੰਗ ਇਹ ਵੀ ਪਸਾਓ। ਯਾਦ ਰੱਖਣ ਵਾਲੀ ਯਮਕ ਹੈ, ਮੋਹਣੀ ਇੱਥੇ ਯਮਕ ਲਾ ਦੇਣੀ ਹੈ। ਮੋਹਣੀ ਮੁਖ ਮਣੀ ਸੋਹੈ, ਇੱਥੇ ਵਿਸਰਾਮ ਹੈ, ਕਰੇ ਰੰਗ ਪਸਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਤੇਰਾ ਪਦ ਤੇ ਵੀ ਯਮਕ ਲਾ ਕੇ ਉਚਾਰਨ ਕਰਨਾ ਹੈ, ਤੇਰਾ ਚਿਤ ਨਾ ਆਵੈ ਨਾਉ। ਸਿੱਧ ਹੋਆ ਸਿੱਧ ਲਾਈ, ਰਿੱਧ ਆਖਾ ਆਓ, ਗੁਪਤ ਪ੍ਰਗਟ ਹੋਏ ਬੈਸਾ, ਲੋਕ ਰਾਖੈ ਪਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਸੁਲਤਾਨ ਹੋਆ ਮੇਲ ਲਸਕਰ, ਤਖਤ ਰਾਖਾ ਪਾਓ। ਤਾਖਤ, ਇੱਥੇ ਯਮਕ ਲਾ ਕੇ ਉਚਾਰਨ ਕਰਨਾ, ਖੱਖੇ ਨਾਲ ਬੋਲਣਾ, ਤਾਖਤ ਰਾਖਾ ਪਾਓ। ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ। ਹੁਕਮ ਪਦ ਤੇ ਵੀ ਯਮਕ ਲਾ ਕੇ ਉਚਾਰਨ ਕਰਨਾ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚਿਤਨ ਆਵੈ ਨਾਉ। ਸ੍ਰੀ ਰਾਗ ਮਹੱਲਾ ਪਹਿਲਾ, ਕੋਟ ਕੋਟੀ ਮੇਰੀ ਆਰਜਾ, ਪਵਣ ਪੀਅਣ ਅਪਿਆਓ, ਚੰਦ ਸੂਰਜ ਦੁਇ ਗੁਫੈ ਨਾ ਦੇਖਾ। ਦੁਇ ਪਦ ਤੇ ਠਮਕ ਲਾ ਦੇਣੀ ਹੈ, ਚੰਦ ਸੂਰਜ ਦੁਇ ਗੁਫੈ ਨਾ ਦੇਖਾ। ਸੁਪਨੈ ਸੌਣ ਨਾ ਥਾਓ, ਸੁਪਨੈ ਸੌਣ, ਇੱਥੇ ਠਮਕ ਲਾ ਕੇ ਉਚਾਰਨ ਕਰਨਾ, ਸੁਪਨੈ ਸੌਣ ਨਾ ਥਾਓ। ਸੁਪਨੈ ਸੌਣ ਨਾ ਥਾਓ, ਭੀ ਤੇਰੀ ਕੀਮਤ ਨਾ ਪਵੈ। ਜਿੰਨੇ ਵੀ ਅੱਗੇ ਭੀ ਪਦ ਆਉਣਗੇ, ਉੱਥੇ ਯਮਕ ਲਾ ਕੇ ਉਚਾਰਨ ਕਰਨਾ, ਭੀ ਤੇਰੀ ਕੀਮਤ ਨਾ ਪਵੈ। ਹਉ ਕੇਵਡ ਆਖਾ ਨਾਓ, ਹਉ, ਇੱਥੇ ਵੀ ਯਮਕ ਲਾ ਕੇ ਬੋਲਣਾ, ਹਉ ਕੇਵਡ ਆਖਾ ਨਾਓ। ਸਾਚਾ ਨਿਰੰਕਾਰ ਨਿਜ ਥਾਏ, ਨਿਰੰਕਾਰ ਸਿਹਾਰੀ ਨਾਲ ਉਚਾਰਨ ਕਰਨਾ, ਨਿਰੰਕਾਰ ਨੀ, ਸਾਚਾ ਨਿਰੰਕਾਰ ਨਿਜ ਥਾਏ, ਨਿਜ ਪੂਲਾ ਹੀ ਬੋਲਣਾ। ਸੋਹਣਾ ਸੁਣ ਆਖਣ ਆਖਣਾ, ਜੇ ਭਾਵੈ ਕਰੇ ਤਮਾਏ, ਰਹਾਓ ਕੁਸਾ ਕਟਿਆ ਵਾਰ ਵਾਰ। ਕੁਸਾ ਪਦ ਜਿਹੜਾ ਨਾ ਪੂਲਾ ਹੀ ਬੋਲਣਾ, ਕੁਸਾ ਨੀ ਕਹਿਣਾ, ਕੁਸਾ ਕਟਿਆ ਵਾਰ ਵਾਰ। ਪੀਸਣ ਪੀਸਾ ਪਾਏ, ਅੱਗੀ ਸੇਤੀ ਜਾਲੀਆ,
भस्म सेती राल जाओ। यूं पाठ उच्चारण करना, अग्गी सेती जालिया भस्म सेती रल जाओ। पी तेरी कीमत ना पवै हौ केवड आखा नाओ, पंखी हो एक जे पवा सह आसमानी जाओ। नदरी किसे न आवो ना किस पिया न खाओ, पी तेरी कीमत ना पवै हौ केवड आखा नाओ। नानक कागद लख मना पाड़ पाड़ कीचे पाओ। नानक पद से यमक ला के विचारण करना, नानक कागद नहीं कहना, नानक कागद लख मना, लख पद भी कस के बोलना है, लख नहीं कहना है। लख का अर्थ होंदा जानना, ते लख एक लख दो लख गिनती वाचक शब्द पद है। पाड़ पाड़ कीचे पाओ, नानक कागद लख मना पाड़ पाड़ कीचे पाओ। मसू तोट ना आवई, मसू इथे यमक लाजनी है, मसू तोट ना आवई। लेखन पौन चलाओ, पी तेरी कीमत ना पवै हौ केवड आखा नाओ।